ਰੇਲ ਸਫ਼ਰ ਕਰਨ ਵਾਲਿਆਂ ਨੂੰ ਹੁਣ ਸਟੇਸ਼ਨਾਂ ਤੇ ਗਰਮ ਪੂੜੀ ਛੋਲੇ ਪਕੌੜੇ ਵਰਗੀਆਂ ਚੀਜ਼ਾਂ ਠੰਡੀਆਂ ਮਿਲਣ ਸਮੇਤ ਚਾਹ ਵੀ ਹੁਣ ਮਸ਼ੀਨੀ ਬਣੀ ਹੀ ਮਿਲਿਆ ਕਰੇਗੀ। ਉੱਤਰ ਰੇਲਵੇ ਨੇ ਇਸ ਦਾ ਫੈਸਲਾ ਕਰਦਿਆਂ ਆਪਣੇ ਸਾਰੇ ਰੇਲਵੇ ਸਟੇਸ਼ਨਾਂ ਤੇ ਲੱਗਣ ਵਾਲੀਆਂ ਖਾਣ ਪੀਣ ਦੀਆਂ ਰੇਹੜੀਆਂ ਤੇ ਵਰਤੇ ਜਾਂਦੇ ਗੈਸ ਸਿਲੰਡਰ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਹੁਕਮ ਦੀ ਪਾਲਣਾ ਕਰਦੇ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਵੱਲੋਂ ਸਟੇਸ਼ਨਾਂ ਤੇ ਰੇਹੜੀਆਂ ਅਤੇ ਸਟਾਲਾਂ ਤੇ ਵਰਤੇ ਜਾਂਦੇ ਸਿਲੰਡਰ ਬੰਦ ਕਰ ਦਿੱਤੇ ਗਏ ਹਨ। ਰੇਲਵੇ ਦਾ ਕਹਿਣਾ ਹੈ ਕਿ ਸਟੇਸ਼ਨਾਂ ਤੋਂ ਰੇਹੜੀਆਂ ਨੂੰ ਬੰਦ ਕਰਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਭਾਰਤੀ ਰੇਲ ਵੱਲੋਂ ਰੇਲਵੇ ਸਟੇਸ਼ਨਾਂ ਤੇ ਐਲਪੀਜੀ ਦੀ ਵਰਤੋਂ ਤੇ ਲਗਾਈ ਗਈ ਰੋਕ ਤੋਂ ਬਾਅਦ ਯਾਤਰੀਆਂ ਦੇ ਨਾਲ ਸਟੇਸ਼ਨਾਂ ਤੇ ਖਾਣ ਪੀਣ ਦੀਆਂ ਕੰਟੀਨ ਚਲਾਉਣ ਵਾਲੇ ਠੇਕੇਦਾਰਾਂ ਨੂੰ ਘਾਟੇ ਦਾ ਡਰ ਸਤਾਉਣ ਲੱਗ ਪਿਆ ਹੈ। ਰੇਲਵੇ ਦੇ ਇਸ ਫੈਸਲੇ ਤੋਂ ਬਾਅਦ ਹੁਣ ਸਟੇਸ਼ਨਾਂ ਤੇ ਮਸ਼ੀਨੀ ਚਾਹ ਹੀ ਮਿਲਿਆ ਕਰੇਗੀ ਅਤੇ ਖਾਣ ਪੀਣ ਦਾ ਸਮਾਨ ਵੀ ਠੰਡਾ ਹੀ ਮਿਲਿਆ ਕਰੇਗਾ। ਰੇਲ ਸਫ਼ਰ ਕਰਦੇ ਹੋਏ ਗਰਮ ਪਕੌੜੇ ਚਾਹ ਦਾ ਆਨੰਦ ਮਾਣਨ ਵਾਲੇ ਯਾਤਰੀਆਂ ਦਾ ਰੇਲ ਸਫ਼ਰ ਹੁਣ ਕੁਝ ਕਿਰਕਿਰਾ ਹੀ ਰਹਿਣ ਦੀ ਉਮੀਦ ਹੈ। ਰੇਲਵੇ ਵੱਲੋਂ ਸਟੇਸ਼ਨਾਂ ਤੇ ਸਿਲੰਡਰ ਦੀ ਵਰਤੋਂ ਨਹੀਂ ਕੀਤੇ ਜਾਣ ਤੋਂ ਬਾਅਦ ਰੇਲਵੇ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਕੇ ਸਿਲੰਡਰ ਦੀ ਥਾਂ ਹੋਰ ਵਿਕਲਪ ਲੱਭਣ ਦੀ ਸਲਾਹ ਦਿੱਤੀ ਗਈ ਹੈ। ਉੱਥੇ ਹੀ ਯਾਤਰੀਆਂ ਦਾ ਕਹਿਣਾ ਹੈ ਕਿ ਪਕੌੜਾ ਗਰਮ ਹੀ ਮਜ਼ਾ ਦਿੰਦਾ ਹੈ। ਨਾ ਜੀ, ਜਿੱਥੇ ਗਰਮ ਸਵਾਦ ਲੱਗਦੇ ਨੇ ਉੱਥੇ ਠੰਡੇ ਥੋੜ੍ਹੇ ਲੱਗਦੇ ਨੇ ਜੀ। ਗਰਮ ਹੀ ਸਵਾਦ ਲੱਗਦੇ ਨੇ ਜੀ, ਠੰਡੇ ਦਾ ਨਹੀਂ ਲੱਗਦੇ ਸਵਾਦ। ਇੱਕ ਹੱਥ ਦੀ ਬਣਾਵੇ ਇੱਕ ਬਣਾ ਮਸ਼ੀਨੀ ਹੋਵੇ, ਫਰਕ ਤਾਂ ਬਹੁਤ ਹੁੰਦਾ ਜੀ। ਠੰਡੀ ਹੈ, ਪਤਾ ਨਹੀਂ ਕਦ ਕੀ ਰਾਤ ਕੀ ਬਣਾਈ ਹੈ, ਦਿਨ ਕੀ ਬਣਾਈ ਹੈ। ਇੱਕ ਤੋਂ ਸਾਥ ਕੇ ਸਾਥ ਬਣਾ ਕੇ ਵੇਚਦੇ ਹੈ, ਉਸਨੇ ਖਾਣੇ ਵਾਲੇ ਕੋ ਵੀ ਮਜ਼ਾ ਆਤਾ ਹੈ, ਵੇਚਣੇ ਵਾਲੇ ਕੋ ਮਜ਼ਾ ਆਦਾ, ਤਾਂ ਉਸ ਕੋਈ ਫਾਇਦਾ ਹੀ ਨਹੀਂ ਹੈ। ਉਹ ਤੋਂ ਗੰਧ ਵਾਲੀ ਬਾਤ ਹੈ, ਗਰਮ ਹੀ ਹੋਣਾ ਚਾਹੀਏ, ਸਾਥ ਕੇ ਸਾਥ ਬਣਾ ਕੇ ਵੇਚਣਾ ਚਾਹੀਏ ਉਨਕੋ। ਵੀ ਅਬ ਟ੍ਰੇਨ ਆਉਣੇ ਵਾਲੀ ਹੈ, 5 ਮਿੰਟ ਰਹਿ ਗਏ, 10 ਮਿੰਟ, ਤੋ ਜਲਦੀ ਜਲਦੀ ਬਣਾਓ ਤੋ ਗਾਹਕ ਕੋ ਦਿਓ। ਯਾਤਰੀਆਂ ਦਾ ਕਹਿਣਾ ਹੈ ਕਿ ਕੁਝ ਯਾਤਰੀ ਗਰਮ ਖਾਣ ਦੇ ਚਾਹਵਾਨ ਹੁੰਦੇ ਹਨ, ਉਹਨਾਂ ਨੂੰ ਤਾਂ ਗਰਮ ਹੀ ਸਵਾਦ ਲੱਗਦਾ ਹੈ, ਪਰ ਕੁਝ ਗਰਮ ਨੂੰ ਪਸੰਦ ਨਹੀਂ ਕਰਦੇ, ਇਸ ਲਈ ਉਹਨਾਂ ਨੂੰ ਇਸ ਦਾ ਕੋਈ ਫਰਕ ਨਹੀਂ ਪੈਣਾ। ਰੇਲਵੇ ਦੇ ਇਸ ਫੈਸਲੇ ਨਾਲ ਰੁਜ਼ਗਾਰ ਤੇ ਫਰਕ ਜ਼ਰੂਰ ਪਵੇਗਾ। ਉਹਨਾਂ ਨੇ ਆਖਿਆ ਕਿ ਮਸ਼ੀਨੀ ਚਾਹ ਤੇ ਦੂਸਰੀ ਚਾਹ ਦੇ ਸਵਾਦ ਵਿੱਚ ਵੀ ਬਹੁਤ ਫਰਕ ਹੈ। ਮਸ਼ੀਨੀ ਚਾਹ ਤਾਂ ਲੱਸੀ ਵਾਂਗ ਹੁੰਦੀ ਹੈ, ਜਿਸ ਨੂੰ ਲੋਕ ਮਜਬੂਰੀ ਨਾਲ ਹੀ ਪੀ ਲੈਂਦੇ ਹਨ। ਮੁਸ਼ਕਲ ਤੇ ਵੇਖੋ, ਕਈ ਖਾਣ ਦੇ ਚਾਹਵਾਨ ਹੁੰਦੇ, ਕਈ ਨਹੀਂ ਖਾਣ ਦੇ ਚਾਹਵਾਨ ਹੁੰਦੇ। ਜਿਹੜੇ ਚਾਹਵਾਨ ਹੈਗੇ ਜ਼ਿਆਦਾ ਗਰਮ ਖਾਣ ਦੇ, ਉਹਨਾਂ ਨੂੰ ਤਾਂ ਮੁਸ਼ਕਲ, ਕਈ ਠੰਡਾ ਖਾਣ ਦੇ ਚਾਹਵਾਨ ਹੁੰਦੇ, ਉਹਨਾਂ ਨੂੰ ਕੋਈ ਮੁਸ਼ਕਲ ਨਹੀਂ। ਵੀ ਕੰਮ ਤਾਂ ਘਟੇਗਾ ਹੀ, ਵੇਖੋ ਜੀ, ਜਿਹੜਾ ਬੰਦਾ ਗਰਮ ਕਰਦਾ ਸੀ ਉਹ ਬੰਦਿਆਂ ਨੂੰ ਫਿਰ ਇਹਨਾਂ ਨੂੰ ਉਡਾਉਣਾ ਪਏਗਾ, ਬਣਾ ਕੇ ਠੰਡੇ ਵੇਚਣਗੇ। ਤਾਂ ਠੰਡੇ ਵੈਸੇ ਕੋਈ ਪਕੌੜੇ ਤਾਂ ਠੰਡੇ ਖਾਣ ਵਾਲੇ ਵੀ ਨਹੀਂ ਹੁੰਦੇ, ਨਾ ਹੀ ਕੋਈ ਖਾਂਦਾ। ਇਹ ਤਾਂ ਨਹੀਂ ਜੀ, ਪਕੌੜਾ ਤਾਂ ਗਰਮ ਹੀ ਖਾਧਾ ਜਾਂਦਾ, ਠੰਡਾ ਤਾਂ ਖਾਧਾ ਹੀ ਨਹੀਂ ਜਾਂਦਾ। ਨਾ ਚਾਹ ਠੰਡੀ ਪੀਤੀ ਇਹਦੇ ਨਾਲ ਪਕੌੜਾ ਨਾਲ, ਨਹੀਂ ਚਾਹ ਦਾ ਸਵਾਦ ਜਿਹੜਾ ਮਸ਼ੀਨੀ ਚਾਹ ਦਾ ਸਵਾਦ ਉਹ ਦੂਜੀ ਚਾਹ ਵਰਗਾ ਤਾਂ ਹੋ ਹੀ ਨਹੀਂ ਸਕਦਾ, ਕਿਉਂਕਿ ਚਾਹ ਬਣਨ 'ਤੇ ਟਾਈਮ ਲੱਗਦਾ। ਇਹ ਥੋੜ੍ਹਾ ਵੀ ਉਹ ਤਾਂ ਮਸ਼ੀਨੀ ਚਾਹ ਕੱਟੀ ਅਤੇ ਪਾਈ, ਉਹ ਤਾਂ ਲੱਸੀ ਵਾਲੀ ਗੱਲ ਹੈ। ਇਹ ਹੈ ਤਾਂ ਲੋਕ ਤਾਂ ਮਜਬੂਰ ਵਿਚਾਰੇ, ਮਜਬੂਰੀ 'ਚ ਉਹਨਾਂ ਨੂੰ ਪੀਣੀ ਪੈਂਦੀ, ਬਾਕੀ ਉਹਦਾ ਕੋਈ ਟੇਸਟ ਤਾਂ ਨਹੀਂ ਹੁੰਦਾ, ਸਵਾਦ ਤਾਂ ਨਹੀਂ ਹੁੰਦਾ। ਨਹੀਂ ਫੈਸਲਾ ਇਹ ਤਾਂ ਗਲਤ ਹੈ, ਵੇਖੋ ਜੀ, ਕੋਈ ਭੁੱਖਾ ਤਾਂ ਆਇਆ, ਕਿੱਥੋਂ ਆਇਆ ਹੁੰਦਾ, ਕੋਈ ਕਿੱਥੋਂ ਆਇਆ ਹੁੰਦਾ, ਸਟੇਸ਼ਨ 'ਤੇ ਮੁਸਾਫਰ ਹੁੰਦੇ, ਕੋਈ ਆਰਮੀ ਤੋਂ ਆਇਆ ਹੁੰਦਾ, ਉਹਨੂੰ ਗਰਮ ਚੀਜ਼ ਖਾਣੀ ਉਹਨੂੰ ਮਿਲਦੀ ਨਹੀਂ, ਫਿਰ ਉਹ ਤਾਂ ਵਿਚਾਰਾ ਔਖਾ ਤਾਂ ਹੋਏਗਾ, ਤੰਗ ਤਾਂ ਹੋਏਗਾ, ਕਿਉਂ ਇੰਨਾ ਟਾਈਮ ਨਹੀਂ ਹੁੰਦਾ ਗੱਡੀ 'ਚ ਬਾਹਰ ਜਾ ਕੇ ਖਾ ਨਹੀਂ ਸਕਦਾ। ਉਹ ਗੱਡੀ 2 ਮਿੰਟ ਰੁਕਣੀ, ਬਾਹਰ ਚਲਾ ਜਾਏਗਾ ਤਾਂ ਉਹਦੀ ਟ੍ਰੇਨ ਟੱਪ ਜਾਏਗੀ। ਯਾਤਰੀ ਦੱਸਦੀਆਂ ਹਨ ਕਿ ਰੇਲਵੇ ਦੇ ਫੈਸਲੇ ਨਾਲ ਹੁਣ ਯਾਤਰੀਆਂ ਨੂੰ ਪਹਿਲਾਂ ਤੋਂ ਹੀ ਬੜੀ ਚੀਜ਼ ਖਾਣ ਦੀ ਮਜਬੂਰ ਹੋਣਾ ਪਵੇਗਾ, ਜਦਕਿ ਪਹਿਲਾਂ ਤਾਂ ਖਾਣ ਦੀ ਚੀਜ਼ ਉਸੇ ਵੇਲੇ ਬਣਾ ਕੇ ਦਿੱਤੀ ਜਾਂਦੀ ਰਹੀ ਹੈ, ਜਿਸ ਨੂੰ ਯਾਤਰੀ ਪਸੰਦ ਵੀ ਕਰਦੇ ਹਨ, ਪਰ ਹੁਣ ਠੰਡੀਆਂ ਚੀਜ਼ਾਂ ਹੀ ਮਿਲਣ ਕਰਕੇ ਪਰੇਸ਼ਾਨੀ ਤਾਂ ਹੋਵੇਗੀ। ਮਿਲਣੀ ਕਿਤੇ ਫਰੈਸ਼ ਚੀਜ਼ ਮਿਲਣੀ ਹੈ, ਉਸੇ ਟਾਈਮ ਬਣਾਉਂਦੇ ਆ, ਇਹ ਪਤਾ ਹੁੰਦਾ ਵੀ ਇਹ ਟਾਈਮ ਹੈ ਟ੍ਰੇਨ ਦਾ, ਉਸ ਤੋਂ ਪਹਿਲੇ ਬਣਾਉਣਾ ਸ਼ੁਰੂ ਕਰਦੇ, ਗਰਮ ਗਰਮ ਇਹ ਫਿਰ ਸਰਵ ਕਰਦੇ ਆ ਲੋਕਾਂ ਨੂੰ, ਉਹ ਸਾਰੇ ਖੁਸ਼ ਹੋ ਕੇ ਖਾਂਦੇ ਆ,
ਉਹ ਠੰਡੀ ਚੀਜ਼ ਨੂੰ ਕੋਈ ਪ੍ਰੈਫਰ ਨਹੀਂ ਕਰਦਾ, ਸਾਰੇ ਕਹਿੰਦੇ ਠੰਡੇ ਪਕੌੜੇ ਨਹੀਂ ਖਾਣੇ ਅਸੀਂ ਇਹ। ਚਾਹ ਜਿਹੜੀ ਹੈ ਦੇਖੋ, ਜਿਹੜੀ ਮਿਲਦੀ ਹੈ ਨਾ ਟ੍ਰੇਨ 'ਚ, ਉਹ ਡਰੰਮਾਂ 'ਚ ਪਾ ਕੇ ਉਹਨਾਂ ਨੇ ਕਦੋਂ ਦੀ ਰੱਖੀ ਹੁੰਦੀ ਹੈ, ਉਹ ਬਿਲਕੁਲ ਟੇਸਟਲੈਸ ਹੁੰਦੀ ਹੈ ਔਰ ਠੰਡੀ ਵੀ ਹੁੰਦੀ ਹੈ ਉਹ ਚਾਹ, ਉਹਨੂੰ ਕੋਈ ਪਸੰਦ, ਮੈਂ ਕਈ ਵਾਰੀ ਪੀ ਕੇ ਦੇਖੀ ਆ, ਬੰਦਾ ਬਿਲਕੁਲ ਪਸੰਦ ਨਹੀਂ ਆਉਂਦੀ ਉਹ ਚਾਹ। ਹਾਂਜੀ, ਗਰਮ ਗਰਮ ਮਿਲਣੀ ਚਾਹੀਦੀ ਹੈ, ਬਿਲਕੁਲ ਗਰਮ ਹੀ ਮਿਲਣੀ ਚਾਹੀਦੀ ਹੈ। ਯਾਤਰੀਆਂ ਨੂੰ ਇਸ ਗੱਲ ਦੀ ਵੀ ਚਿੰਤਾ ਹੋ ਗਈ ਹੈ ਕਿ ਹੁਣ ਸਟੇਸ਼ਨਾਂ ਤੇ ਗਰਮ ਪੂੜੀ, ਗਰਮ ਪਕੌੜੇ ਆਦਿ ਚੀਜ਼ਾਂ ਉਹਨਾਂ ਨੂੰ ਨਹੀਂ ਮਿਲਣਗੀਆਂ ਅਤੇ ਬੇਰੁਜ਼ਗਾਰੀ ਵੀ ਵਧੇਗੀ। ਯਾਤਰੀ ਦੱਸਦੇ ਹਨ ਕਿ ਰੇਲਵੇ ਵੱਲੋਂ ਲਿਆ ਗਿਆ ਫੈਸਲਾ ਸਹੀ ਨਹੀਂ ਹੈ, ਇਸ ਦੀ ਥਾਂ ਤੇ ਹੋਰ ਕੋਈ ਸਾਧਨ ਦੇਣ ਦੀ ਲੋੜ ਹੈ ਤਾਂ ਜੋ ਯਾਤਰੀ ਨੂੰ ਹੋਰ ਸਹੂਲਤ ਮਿਲੇ। ਅੱਗੇ ਭਟੂਰੇ ਮਿਲਦੇ ਸੀ, ਛੋਲੇ ਮਿਲਦੇ ਸੀ ਗਰਮਾ ਗਰਮ, ਉਹ ਬੰਦ, ਪੂਰੀ ਬੰਦ, ਹਿਮਾਚਲ ਚਲੇ ਜਾਈਏ ਪੂਰੀ ਵੀ ਬੰਦ, ਹਰ ਚੀਜ਼ ਬੰਦ ਹੋ ਜਾਏਗੀ। ਦੂਜਾ ਜਿਹੜੇ ਕੰਮ ਕਰਦੇ, ਜਿਵੇਂ ਇੱਕ ਰੇੜੀ 'ਤੇ ਪੰਜ ਬੰਦੇ ਖੜੇ ਨੇ, ਉਹ ਪੰਜ ਬੰਦਿਆਂ ਦਾ ਰੁਜ਼ਗਾਰ ਗਿਆ ਜੀ। ਇਹ ਤਾਂ ਕੰਮ ਜੋ ਸਰਕਾਰ ਨੇ ਫੈਸਲਾ ਲਿਆ ਗਲਤ ਲਿਆ ਗਿਆ, ਸਹੀ ਨਹੀਂ ਹੈਗਾ, ਬਿਲਕੁਲ ਬਿਲਕੁਲ ਹੋਣਾ ਚਾਹੀਦਾ। ਸਿਲੰਡਰ ਨਾਲ ਤਾਂ ਹੋਰ ਸਾਧਨ ਦੇਵੇ ਸਰਕਾਰ, ਚੀਜ਼ ਤਾਂ ਕਮ ਸੇ ਕਮ ਮੁਸਾਫਰ ਨੂੰ ਮਿਲੇ। ਮੁਸਾਫਰ ਗੱਡੀ ਅੱਧਾ ਮਿੰਟ ਰੁਕਦੀ ਬਾਜ਼ਾਰੋਂ ਖਤਮ ਕਰਨ ਤੇ ਤੁਲੀ ਹੋਈ ਅੱਜ, ਇੱਕ ਤਾਂ ਬਾਹਰ ਜਾ ਕੇ ਤਾਂ ਬੰਦਾ ਖਾ ਹੀ ਨਹੀਂ ਸਕਦਾ। ਹੁਣ ਮੰਨ ਲਓ ਜਿਵੇਂ ਨੰਦੇੜ ਸਾਹਿਬ ਗੱਡੀ ਜਾ ਰਹੀ ਹੈ, ਉਹਦੇ ਸੰਗਤ ਜਾ ਰਹੀ ਹੈ, ਉਹ ਚਾਹ ਕਿੱਥੋਂ ਲਏਗੀ, ਜਾਂ ਆਮ ਯਾਤਰੀ ਕਿੱਥੋਂ ਚਾਹ ਲਏਗਾ, ਜਾਂ ਕੋਈ ਹੋਰ ਗਰਮ ਚੀਜ਼ ਮੰਗੇਗਾ, ਨਹੀਂ ਮਿਲੇਗੀ। ਇਹ ਤਾਂ ਜੀ ਫੈਸਲਾ ਵਾਪਸ ਲੈਣਾ ਚਾਹੀਦਾ ਸਰਕਾਰ, ਗਲਤ ਹੈ ਜੀ। ਰੇਲਵੇ ਵੱਲੋਂ ਸਟੇਸ਼ਨਾਂ ਤੋਂ ਰੇੜੀਆਂ ਬੰਦ ਕਰਕੇ ਸਟਾਲ ਸਿਸਟਮ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ ਅਤੇ ਇਸ ਤੋਂ ਪਹਿਲਾਂ ਵੀ ਇਸ ਫੈਸਲੇ ਨੂੰ ਲਾਗੂ ਕੀਤਾ ਗਿਆ ਸੀ, ਪਰ ਵੱਡੇ ਠੇਕੇਦਾਰਾਂ ਨੇ ਉਦੋਂ ਅਦਾਲਤ ਦਾ ਸਹਾਰਾ ਲੈ ਕੇ ਰੇਲਵੇ ਦੇ ਇਸ ਫੈਸਲੇ 'ਤੇ ਸਟੇਅ ਲੈ ਲਿਆ ਸੀ। ਪਰ ਹੁਣ ਇੱਕ ਵਾਰ ਨਾਰਦਰਨ ਰੇਲਵੇ ਨੇ ਇਸ ਨੂੰ ਫਿਲਹਾਲ 4 ਡਿਵੀਜ਼ਨਾਂ ਵਿੱਚ 16 ਅਪ੍ਰੈਲ ਤੋਂ ਲਾਗੂ ਕੀਤੇ ਜਾਣ ਦਾ ਪੱਤਰ ਜਾਰੀ ਕੀਤਾ ਹੈ, ਜਿਸ ਵਿੱਚ ਅੰਬਾਲਾ ਡਿਵੀਜ਼ਨ ਤੋਂ ਇਲਾਵਾ ਲਖਨਊ ਡਿਵੀਜ਼ਨ, ਮੁਰਾਦਾਬਾਦ ਅਤੇ ਫਿਰੋਜ਼ਪੁਰ ਡਿਵੀਜ਼ਨ ਸ਼ਾਮਲ ਹੈ। ਇਸ ਬਾਰੇ ਅਬੋਹਰ ਸਟੇਸ਼ਨ 'ਤੇ ਖਾਣ ਪੀਣ ਦਾ ਕੰਮ ਸੰਭਾਲ ਰਹੇ ਬੱਬੂ ਦਾ ਆਖਣਾ ਹੈ ਕਿ ਰੇਲਵੇ ਨੇ ਫੈਸਲਾ ਤਾਂ ਕਰ ਲਿਆ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਕੋਲ ਕੋਈ ਰਸੋਈ ਨਹੀਂ ਹੈ ਜਿੱਥੇ ਸਮਾਨ ਤਿਆਰ ਕੀਤਾ ਜਾ ਸਕੇ। ਯਾਤਰੀਆਂ ਦੇ ਨਾਲ ਨਾਲ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਮੰਨਦੇ ਹਨ ਕਿ ਇਸ ਤਰ੍ਹਾਂ ਤਾਂ ਉਹਨਾਂ ਦਾ ਸਾਲਾਂ ਤੋਂ ਚੱਲਿਆ ਆ ਰਿਹਾ ਕਾਰੋਬਾਰ ਠੱਪ ਹੋ ਕੇ ਰਹਿ ਜਾਵੇਗਾ। ਉਹਨਾਂ ਨੇ ਕਿਹਾ ਕਿ ਰੇਲਵੇ ਦਾ ਮੰਤਵ ਹੈ ਕਿ ਉਹਨਾਂ ਦਾ ਯਾਤਰੀ ਸੰਤੁਸ਼ਟ ਹੋਣਾ ਚਾਹੀਦਾ ਹੈ, ਪਰ ਅਜਿਹੇ ਵਿੱਚ ਯਾਤਰੀ ਸੰਤੁਸ਼ਟ ਦਾ ਕੀ ਹੋਣਾ ਹੈ, ਸਗੋਂ ਇਹ ਖੱਜਲ ਖੁਆਰ ਅਤੇ ਪਰੇਸ਼ਾਨ ਹੋਣ ਲੱਗ ਪਿਆ ਹੈ। ਇਹ ਮਾਮਲੇ ਵਿੱਚ ਉਹਨਾਂ ਦੇ ਵੱਡੇ ਠੇਕੇਦਾਰ ਦਿੱਲੀ ਵਿਖੇ ਬੈਠੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਆਏ ਹਨ ਅਤੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਜਲਦ ਹੀ ਉਹਨਾਂ ਦੀ ਪਰੇਸ਼ਾਨੀ ਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭਣਗੇ। ਸਭ ਤੋਂ ਵੱਡੀ ਗੱਲ ਸਾਡੇ ਕੋਲ ਕੋਈ ਕਿਚਨ ਬੇਸ ਨਹੀਂ ਜਿੱਥੋਂ ਅਸੀਂ ਖਾਣਾ ਬਣਾ ਕੇ ਲਈਏ। ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਰੇਲਵੇ 'ਚ ਵੀ ਸਾਡੇ ਕੋਲ ਕੋਈ ਕਿਚਨ ਨਹੀਂ ਹੈ, ਕੁਛ ਨਹੀਂ ਹੈ, ਕਿੱਥੋਂ ਪ੍ਰੋਵਾਈਡ ਕਰ, ਮਾਰਕੀਟ 'ਚੋਂ ਅਸੀਂ ਬਣਵਾ ਕੇ ਨਹੀਂ ਲਿਆ ਸਕਦੇ। ਸਾਨੂੰ ਸਭ ਤੋਂ ਵੱਡੀ ਪ੍ਰੋਸੀਜਰ ਨੂੰ, ਸਾਨੂੰ ਵੀ ਪ੍ਰੋਸੀਜਰ ਨਾਲ ਪ੍ਰੋਬਲਮ ਹੈ, ਸਾਨੂੰ ਵੀ ਪ੍ਰੋਬਲਮ ਹੈ, ਸਾਡੇ ਨਾਲ ਬਿਜ਼ਨਸ ਠੱਪ ਹੋ ਜਾਏਗਾ ਉਹਦੇ ਨਾਲ, ਵੀ ਬਿਜ਼ਨਸ 'ਤੇ ਬਹੁਤ ਜ਼ਿਆਦਾ ਇਫੈਕਟ ਹੈ ਉਸ ਚੀਜ਼ ਦਾ। ਪ੍ਰੋਸੀਜਰ ਸਭ ਤੋਂ ਵੱਡੀ ਗੱਲ ਹੈ, ਪ੍ਰੋਸੀਜਰ ਸੈਟਿਸਫਾਈ ਨਹੀਂ ਹੈ, ਜੋ ਰੇਲ ਦਾ ਮਤਲਬ ਕਹਿ ਸਕਦੇ ਮੋਟਿਵ ਹੈ ਵੀ ਪ੍ਰੋਸੀਜਰ ਨੂੰ ਸੈਟਿਸਫਾਈ ਕਰਨਾ, ਉਹ ਅਸੀਂ ਪ੍ਰੋਸੀਜਰ ਨੂੰ ਸੈਟਿਸਫਾਈ ਨਹੀਂ ਕਰ ਪਾਉਂਦੇ। ਇਹ ਸਭ ਤੋਂ ਵੱਡਾ ਸਾਡਾ ਰੇਲਵੇ ਵੱਲੋਂ ਕਹਿ ਸਕਦੇ ਹੋ ਵੀ ਰੇਲਵੇ ਨੂੰ ਸਾਡੇ ਵਾਸਤੇ ਸੋਚਣਾ ਚਾਹੀਦਾ ਵੀ ਸਾਨੂੰ ਪੈਸੇਂਜਰ ਨੂੰ ਸੈਟਿਸਫਾਈ ਕਰਨ ਵਾਸਤੇ ਸਾਨੂੰ ਸਿਲੰਡਰ ਲਾਓ ਕਰਨੇ ਚਾਹੀਦੇ ਜਾਂ ਕਿਚਨ ਬੇਸ ਵਗੈਰਾ ਬਣਾ ਕੇ ਦਿੱਤਾ ਜਾਵੇ ਜਿਹਦੇ ਨਾਲ ਅਸੀਂ ਕਸਟਮਰ ਨੂੰ ਸੈਟਿਸਫਾਈ ਕਰ ਸਕੀਏ। ਸਾਡੇ ਵੱਡੇ ਅੰਬਾਲਾ ਡਿਵੀਜ਼ਨ ਦੇ ਕੰਟਰੈਕਟਰ ਵਗੈਰਾ ਮਿਲ ਕੇ ਆਏ ਸਾਡੇ ਡਿਵੀਜ਼ਨ 'ਚ, ਉਹਨਾਂ ਨੇ CCM ਜੋ ਦਿੱਲੀ ਹੈ ਬੈਠਦੇ ਉਹਨਾਂ ਨੂੰ ਰਿਕਮੈਂਡ ਕੀਤੀ ਹੈ, ਉਹ ਕਹਿ ਰਹੇ ਵੀ ਇਸ ਵੀਕ ਤੁਹਾਨੂੰ ਤਾਂ ਕੁਛ ਨਾ ਕੁਛ ਹੱਲ ਦਿੱਤਾ ਜਾਏਗਾ। ਅਸੀਂ ਇਸ ਹਫ਼ਤੇ ਦੇਖ ਰਹੇ ਹਾਂ ਵੀ ਕੁਛ ਨਾ ਕੁਛ ਹੱਲ ਨਿਕਲ ਜਾਏ ਜਿਹੜਾ ਵੀ ਪੈਸੇਂਜਰ ਨੂੰ ਪ੍ਰੋਬਲਮ ਨਾ ਹੋਵੇ, ਸਾਡੇ ਕੰਮ ਨੂੰ ਵੀ ਇਫੈਕਟ ਨਾ ਪਵੇ, ਪੈਸੇਂਜਰ ਨੂੰ ਪ੍ਰੋਬਲਮ ਨਾ ਹੋਵੇ।
ਰੇਲਵੇ ਵੱਲੋਂ ਸਟੇਸ਼ਨਾਂ ਤੇ ਐਲਪੀਜੀ ਦੀ ਵਰਤੋਂ ਤੇ ਲਗਾਈ ਗਈ ਰੋਕ ਨੂੰ ਸੁਰੱਖਿਆ ਤੇ ਸਟੇਸ਼ਨਾਂ ਨੂੰ ਰੇਹੜੀ ਮੁਕਤ ਕਰਕੇ ਉਹਨਾਂ ਦੀ ਸੁੰਦਰਤਾ ਨੂੰ ਵਧਾਉਣ ਵਜੋਂ ਲਿਆ ਗਿਆ ਫੈਸਲਾ ਦੱਸਿਆ ਜਾ ਰਿਹਾ ਹੈ, ਜੋ ਕਿਸੇ ਹੱਦ ਤੱਕ ਸਹੀ ਵੀ ਹੈ। ਪਰ ਇਸ ਫੈਸਲੇ ਤੋਂ ਬਾਅਦ ਯਾਤਰੀਆਂ ਨੂੰ ਜਿੱਥੇ ਖਾਣ ਪੀਣ ਦੀ ਦਿੱਕਤ ਪੇਸ਼ ਆ ਰਹੀ ਹੈ, ਉੱਥੇ ਹੀ ਉਹਨਾਂ ਦਾ ਰੇਲ ਸਫ਼ਰ ਦਾ ਮਜ਼ਾ ਵੀ ਕਿਰਕਿਰਾ ਹੋ ਰਿਹਾ ਹੈ। ਇਸ ਲਈ ਰੇਲਵੇ ਨੂੰ ਯਾਤਰੀਆਂ ਦੀ ਸੁਵਿਧਾ ਅਤੇ ਉਹਨਾਂ ਦੀ ਸੰਤੁਸ਼ਟੀ ਲਈ ਇਸ ਫੈਸਲੇ ਦੇ ਨਾਲ ਐਲਪੀਜੀ ਦੇ ਬਦਲ ਵਜੋਂ ਕੋਈ ਪ੍ਰਬੰਧ ਜਲਦ ਹੀ ਕਰਨ ਦੀ ਲੋੜ ਹੈ, ਤਾਂ ਜੋ ਯਾਤਰੀ ਆਪਣੇ ਸਫ਼ਰ ਦਾ ਭਰਪੂਰ ਮਜ਼ਾ ਗਰਮ ਪਕੌੜਿਆਂ ਅਤੇ ਚਾਹ ਦੀ ਚੁਸਕੀਆਂ ਨਾਲ ਪਹਿਲਾਂ ਵਾਂਗ ਲੈ ਸਕਣ।